ਐਰਕੀ ਇਹਨਾਂ ਨੂੰ ਇੰਨਾ ਕੁ ਯਕੀਨ ਦਵਾ ਦੇਣਾ ਨਾ ਕਿ ਜੋ ਕੁਝ ਵੀ ਹੈ ਨਾ ਨਵਦੀਪ ਹੀ ਆ। ਉਹ ਆ ਸੁਤੀ ਤੈਨੂੰ ਨਹੀਂ ਪਤਾ ਘਰ ਕੋਈ ਆ ਗਿਆ। ਦੀਦੀ ਹੁਣੀ ਆ ਗਏ ਨੇ। ਤੇ ਹੋਰ ਕਦੋਂ ਦੇ ਆਏ ਆ? ਆਵੇ ਹਜੇ ਹੁਣੇ ਆਏ ਨੇ ਤੇ ਆਣ ਕੇ ਉਹਨਾਂ ਨੂੰ ਪਾਣੀ ਪੂਣੀ ਪੁੱਛ। ਤੇ ਹੁਣ ਐਂਜ ਕਰੋ ਵੀ ਭੁੱਖ ਬੜੀ ਲੱਗੀ ਆ ਤੇ ਨਾਲੇ ਬਾਰਿਸ਼ ਵੀ ਆਉਂਦੀ ਆ, ਪਕੌੜੇ ਬਣਾ ਲਓ। ਹਾਂ ਦੱਸੋ ਦੀਦੀ ਤੁਸੀਂ ਕਿਹੜੇ ਪਕੌੜੇ ਖਾਣੇ ਆ? ਪਕੌੜੇ ਬਣਾ ਦਿੰਦੀ ਆ, ਤੁਹਾਡੇ ਤੋਂ ਕਿਤੇ ਪਕੌੜੇ ਚੰਗੇ ਨੇ। ਕੋਈ ਨੀ ਭਾਬੀ, ਤੁਸੀਂ ਜਿਹੜੇ ਵੀ ਬਣਾਓਗੇ ਨਾ ਉਹ ਵੀ ਸਾਨੂੰ ਸਵਾਦ ਲੱਗਣੇ ਆ। ਤੁਹਾਡੇ ਹੱਥਾਂ ਦੇ ਪਕੌੜੇ ਸਾਨੂੰ ਬੜੇ ਮਜ਼ੇਦਾਰ ਲੱਗਦੇ ਆ। ਖੋਲੋ ਜਿੰਨੇ ਖੁਸ਼ ਹੋਣਾ ਹੈ। ਇੱਕ ਵਾਰੀ ਨਾ ਮੇਰਾ ਮਤਲਬ ਨਿਕਲ ਲੈਣ ਦਿਓ, ਫਿਰ ਦਿਖਾਵਾਂਗੇ ਤੁਹਾਨੂੰ ਸਾਰੇ ਟੱਬਰ ਨੂੰ ਦਿਨੇ ਤਾਰੇ। ਹਾਂਜੀ ਦੱਸੋ ਭੈਣ ਕੀ ਗੱਲ ਕਰਨੀ ਹੈ? ਦੱਸਣਾ ਕੀ ਆ ਪਿੰਦਰ, ਤੈਨੂੰ ਤੇ ਪਤਾ ਹੀ ਆ ਮੰਮੀ ਠੀਕ ਨਹੀਂ ਰਹਿੰਦੇ ਹੈਗੇ। ਹਾਂਜੀ ਉਹ ਤੇ ਪਤਾ ਹੀ ਹੈ। ਤੇ ਤੂੰ ਛੇਤੀ ਛੇਤੀ ਫੇਰਾ ਮਾਰਿਆ ਕਰ, ਹਾਂ ਮੰਮੀ ਦਾ ਤੇਰੇ ਵੱਲ ਹੀ ਧਿਆਨ ਰਹਿੰਦਾ ਵਾ। ਭੈਣ ਕਿਹਦਾ ਜੀ ਕਰਦਾ ਘਰ ਪਰਿਵਾਰ ਛੱਡ ਕੇ ਜਾਣ ਨੂੰ, ਪਰ ਨਾ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ। ਦਿਲ ਤੇ ਮੇਰਾ ਵੀ ਕਰਦਾ ਵੀ ਇਹਨਾਂ ਦੇ ਨਾਲ ਹੀ ਰਵਾਂ ਜਿੱਦਾਂ ਮੰਮੀ ਠੀਕ ਨਹੀਂ ਰਹਿੰਦੇ, ਪਰ ਹੁਣ ਕਰਾਂਗੇ ਸਾਡੀ ਕੰਪਨੀ ਨੇ ਨਾ ਠੇਕਾ ਬੜੀ ਦੂਰ ਲਿਆ ਵਾ, ਤੇ ਇਸੇ ਕਰਕੇ ਮੈਂ ਗੱਡੀ ਘਰੇ ਛੱਡ ਗਿਆ ਵਾਂ ਵੀ ਜੇ ਕਿਤੇ ਲੋੜ ਪਏ ਰਾਤ ਬਰਾਤੇ ਤੇ ਚਾਚੇ ਤਾਏ ਨੂੰ ਨਾਲ ਲੈ ਕੇ ਤੇ ਨਵਦੀਪ ਸ਼ਹਿਰ ਤੇ ਜਾ ਸਕਦੀ ਹੈ ਨਾ। ਚੱਲ ਹਾਂ ਤੇ ਤੂੰ ਚੰਗਾ ਕੀਤਾ ਵਾ ਵੀ ਗੱਡੀ ਘਰ ਛੱਡੀ ਆ, ਕਿਤੇ ਰਾਤ ਬਰਾਤੇ ਲੋੜ ਪੈ ਜਾਏ ਨਾ ਤੇ ਕਿਸੇ ਕੋਲ ਮੰਗਣ ਦੀ ਲੋੜ ਤੇ ਨਹੀਂ ਪੈਂਦੀ, ਬੰਦਾ ਕਿਸੇ ਨੂੰ ਨਾਲ ਲੈ ਜਾਂਦਾ ਵਾ। ਤੇ ਇੱਕ ਪਿੰਦਰ ਗੱਲ ਮੇਰੀ ਹੋਰ ਸੁਣ, ਤੂੰ ਆਇਆ ਤੇ ਹੈਗਾ ਹੀ ਆ ਤੇ ਨਵਦੀਪ ਨੂੰ ਵੀ ਗੱਡੀ ਦੀ ਜਾਚ ਸਿਖਾ ਦੇ। ਭੈਣ ਮੈਂ ਤੇ ਬੜੀ ਵਾਰੀ ਇਹਨੂੰ ਆਖਿਆ ਵੀ ਤੈਨੂੰ ਗੱਡੀ ਦੀ ਜਾਚ ਸਿਖਾ ਦੇਣਾ ਵਾ, ਜੇ ਮੰਨੇ ਤੇ ਫੇਰ ਆ ਨਾ, ਇੱਕ ਤੇ ਡਰਦੀ ਬੜਾ ਆਂਦੀ ਮੈਨੂੰ ਤੇ ਜਾਚ ਆਉਣੀ ਹੈ ਨਹੀਂਗੀ। ਜੇ ਤੇਰੇ ਕੋਲ ਨਹੀਂ ਨਾ ਜਾਚ ਸਿੱਖਦੀ ਤੇ ਆ ਜਿਹੜੇ ਸ਼ਹਿਰਾਂ 'ਚ ਜਾਚ ਸਿਖਾਉਂਦੇ ਆ ਉਹਨਾਂ ਕੋਲ ਇਹਨੂੰ ਜਾਚ ਸਿਖਾ ਦੇ। ਪਰ ਇੱਕ ਗੱਲ ਆ, ਨਵ ਚੰਗੀ ਬੜੀ ਆ, ਮੰਮੀ ਮਾੜੀ ਜਿਹੀ ਢਿੱਡੀ ਮੱਠੀ ਹੋ ਜਾਏ ਨਾ ਉਸੇ ਵੇਲੇ ਲੈ ਕੇ ਚੱਲ ਜਾਂਦੀ ਆ। ਜਦੋਂ ਵੀ ਮੰਮੀ ਨੂੰ ਮੈਂ ਫੋਨ ਲਾਵਾਂ ਨਾ ਤੇ ਨਵ ਦੀਆਂ ਇੰਨੀਆਂ ਸਿਫਤਾਂ ਕਰਦੇ ਆ, ਕਹਿੰਦੇ ਮੈਂ ਅੱਧੀ ਜ਼ਬਾਨ ਨਾਲ ਆਵਾਜ਼ ਮਾਰਨੀ ਆ ਉਸੇ ਵੇਲੇ ਭੱਜੀ ਹੁੰਦੀ ਆ। ਸਹੀ ਕਹਿੰਦੇ ਹੋ ਭੈਣ ਤੁਸੀਂ, ਹੈ ਬੜੀ ਚੰਗੀ ਏ। ਮੈਂ ਪਹਿਲਾਂ ਸੋਚਦਾ ਵੀ ਮੇਰੀ ਦੂਜੀ ਭੈਣ ਦਾ ਵਿਆਹ ਹੋ ਗਿਆ ਤੇ ਮੰਮੀ ਦਾ ਕੌਣ ਧਿਆਨ ਰੱਖੇਗਾ, ਪਰ ਇਹਨੇ ਨਾ ਕੋਈ ਕਮੀ ਨਹੀਂ ਮਹਿਸੂਸ ਹੋਣ ਦਿੱਤੀ, ਮੰਮੀ ਦਾ ਬੜਾ ਹੀ ਖਿਆਲ ਰੱਖਦੀ, ਇਹਦੇ ਕਰਕੇ ਨਾ ਮੈਨੂੰ ਘਰ ਦੀ ਕੋਈ ਫਿਕਰ ਨਹੀਂ ਹੁੰਦੀ। ਪਿੰਦਰ ਉਦਾਂ ਇੱਕ ਗੱਲ ਆ, ਆਉਂਦਿਆਂ ਜੀਆਂ 'ਚ ਰਲ ਮਿਲ ਗਈ ਆ। ਮੈਂ ਤੇ ਕਹਿੰਦੀ ਆ ਭਲਾ ਹੋਏ ਉਹਨਾਂ ਵਿਚੋਲਿਆਂ ਦਾ ਜਿਹੜਾ ਵੇਲੇ ਘੜੀ ਸਾਨੂੰ ਇਹਨਾਂ ਦਾ ਸਾਥ ਟੱਕਰਿਆ ਸੀ। ਜੇ ਕੋਈ ਹੋਰ ਆ ਜਾਂਦੀ ਨਾ ਤੇ ਪਤਾ ਨਹੀਂ ਸਾਡੇ ਘਰ ਦਾ ਕੀ ਬਣਨਾ ਸੀ। ਦੀਦੀ ਮਾਸਾ ਨਹੀਂ ਲੱਗਦੇ ਵੀ ਉਪਰੇ ਨੇ, ਇੰਜ ਲੱਗਦਾ ਸਾਡੇ ਘਰ ਦਾ ਹੀ ਜੀ ਹੁੰਦਾ ਹੈ। ਭੈਣ ਮੈਂ ਸਹੀ ਦੱਸਾਂ ਨਾ, ਪਹਿਲਾਂ ਮੈਂ ਡਰਦਾ ਨਹੀਂ ਵਿਆਹ ਕਰਾਉਂਦਾ ਹੁੰਦਾ ਵੀ ਪਤਾ ਨਹੀਂ ਕਿੱਦਾਂ ਦੀ ਹੋਣੀ ਤੇ ਕਿੱਦਾਂ ਦੀ ਨਹੀਂ। ਅੱਜ ਤੁਸੀਂ ਮੇਰੇ ਮਗਰ ਪਏ ਵੀ ਵਿਆਹ ਕਰਾ ਲਾ ਤੇ ਚਲੋ ਵੇਲਾ ਘੜੀ ਹੁੰਦਾ ਚੰਗੀ ਆ ਗਈ। ਤੇ ਹੋਰ ਸਾਡਾ ਵੀ ਨਾ ਧਿਆਨ ਮੰਮੀ 'ਚ ਹੀ ਰਹਿੰਦਾ ਸੀ, ਤੂੰ ਤੇ ਚਲ ਜਾਣਾ ਆਪਣੀ ਡਿਊਟੀ 'ਤੇ ਤੇ ਫਿਰ ਸਾਨੂੰ ਹੁੰਦਾ ਵੀ ਮੰਮੀ ਘਰ ਇਕੱਲੇ ਆ ਤੇ ਕੌਣ ਇਹਨਾਂ ਦਾ ਖਿਆਲ ਰੱਖੇਗਾ। ਭੈਣ ਤੁਹਾਡੇ ਕੋਲ ਨਹੀਂ ਛੇਤੀ ਆ ਜਾਂਦਾ, ਤੁਸੀਂ ਵੀ ਦੋਵੇਂ ਜਣੇ ਆ ਦੂਰ ਹੋ ਤੇ ਬੰਦੇ ਕੋ ਘਰੋਂ ਟਾਈਮ ਨਹੀਂ ਲੱਗਦਾ। ਪਿੰਦਰ ਹੁਣ ਤੂੰ ਇੱਕ ਕੰਮ ਕਰ, ਨਵ ਨੂੰ ਲੈ ਕੇ ਨਾ ਤੇ ਉਹਦੇ ਪਿੰਡੋਂ ਹੋਇਆ, ਜੇ ਤੁਹਾਡੀ ਰਾਤ ਲੱਗ ਵੀ ਜਾਏਗੀ ਨਾ ਤਾਂ ਵੀ ਕੋਈ ਗੱਲ ਨਹੀਂ, ਅਸੀਂ ਅਜੇ 4 ਦਿਨ ਇੱਥੇ ਹੀ ਆ, ਮੰਮੀ ਦਾ ਖਿਆਲ ਆਪਾਂ ਰੱਖ ਲਾਂਗੇ। ਨਹੀਂ ਭੈਣ ਮੇਰਾ ਨਹੀਂ ਦਿਲ ਕਰਨ ਡਿਆ ਜਾਣ ਨੂੰ ਕਿਤੇ ਵੀ, ਹੁਣ ਤੁਸੀਂ ਵੀ ਆਏ ਹੋ ਤੇ ਮੈਂ ਵੀ ਕਿੰਨੇ ਚਿਰਾਂ ਬਾਅਦ ਆਇਆ, ਆਪਾਂ ਤਿੰਨੇ ਭੈਣ ਭਰਾ ਕਿੰਨੇ ਟਾਈਮ ਬਾਅਦ ਇਕੱਠੇ ਹੋਏ ਆ ਤੇ ਜਿਹੜੇ 4 ਦਿਨ ਮੈਂ ਇੱਥੇ ਆ ਨਾ ਮੈਂ ਤੁਹਾਡੇ ਨਾਲ ਹੀ ਰਹਿਣਾ, ਜੇ ਉਹਨੇ ਜਾਣਾ ਹੋਏਗਾ ਨਾ ਆਪ ਹੀ ਹੋ ਆਏਗੀ। ਪਰ ਤੂੰ ਇੱਕ ਵਾਰੀ ਭਾਬੀ ਨਾਲ ਗੱਲ ਤੇ ਕਰ, ਜੇ ਉਹਨਾਂ ਨੇ ਪਿੰਡ ਜਾਣਾ ਵਾ ਤੇ ਤੁਸੀਂ ਹੋ ਆਵੋ, ਫੇਰ ਉਹਨਾਂ ਨੇ ਗੁੱਸਾ ਕਰਨਾ ਵਾ ਵੀ ਇਹਦੀਆਂ ਭੈਣਾਂ ਆਈਆਂ ਵਾ ਤੇ ਮੈਨੂੰ ਪੁੱਛਿਆ ਨਹੀਂ ਹੈਗਾ। ਕੋਈ ਗੱਲ ਨਹੀਂ, ਉਹ ਨਹੀਂ ਗੁੱਸਾ ਕਰਦੀ। ਪਿੰਦਰ ਤੇਰਾ ਫਰਜ਼ ਬਣਦਾ ਵਾ ਉਹਨੂੰ ਇੱਕ ਵਾਰੀ ਪੁੱਛਣ ਦਾ, ਤੂੰ ਕਦੋਂ ਕਦਾਂ ਉਹਦੇ ਪੇਕੇ ਗਿਆ ਵਾ? ਮੈਨੂੰ 7-8 ਮਹੀਨੇ ਹੋ ਗਏ ਨੇ। ਤੇ ਫਿਰ ਉਹਦਾ ਨਹੀਂ ਭਲਾ ਜੀ ਕਰਦਾ ਵੀ ਮੇਰੇ ਨਾਲ ਮੇਰਾ ਘਰ ਵਾਲਾ ਜਾਏ? ਤੂੰ ਇੰਜ ਕਰ ਉਹਦੇ ਨਾਲ ਜਾ, ਭਾਵੇਂ ਤੇ ਹੁਣੇ ਚਲ ਜਾਓ ਤੇ ਜੇ ਦਿਲ ਕਰਦਾ ਤੇ ਫਿਰ ਸਵੇਰੇ ਚਲ ਜਾਓ। ਚਲੋ ਜੇ ਤੁਸੀਂ ਇੰਨਾ ਕਹਿਣ ਡਏ ਹੋ ਨਾ ਤੇ ਮੈਂ ਪੁੱਛ ਲੈਣਾ, ਪਰ ਉਦਾਂ ਨਾ ਮੇਰਾ ਸੱਚੀ ਨਹੀਂ ਜੀ ਕਰਨ ਡਿਆ ਜਾਣ ਨੂੰ। ਕਮਲ ਵੇਖ ਲਾ, ਆਪਾਂ ਭੈਣ ਭਰਾ ਇਕੱਠੇ ਹੋਏ ਆ ਨਾ, ਸੱਚੀ ਨਹੀਂ ਵਿਛੜਨ ਨੂੰ ਦਿਲ ਕਰਦਾ। ਆਪਾਂ ਪਰਸੋਂ ਦੀਆਂ ਆਈਆਂ ਵਾ ਤੇ ਪਤਾ ਹੀ ਨਹੀਂ ਲੱਗਾ ਵੀ 2 ਦਿਨ ਕਿੱਦਾਂ ਲੰਘ ਗਏ ਹੱਸਦੇ ਖੇਡਦੇ। ਸਹੀ ਕਹਿਣ ਡਿਓ ਦੀਦੀ, ਇੰਜ ਲੱਗਣ ਡਿਆ ਵੀ ਜਿੱਦਾਂ ਅਸੀਂ ਅੱਜ ਹੀ ਆਏ ਹਾਂ। ਤੁਸੀਂ ਤੇ ਫਿਰ ਵੀ 1-2 ਵਾਰੀ ਆਏ ਤੇ ਵੀਰ ਨੂੰ ਮਿਲ ਲਿਆ ਸੀ, ਮੇਰੇ ਕੋਲ ਤਾਂ ਉਹ ਵੀ ਨਹੀਂ ਮਿਲਿਆ ਗਿਆ। ਮੈਨੂੰ ਤਾਂ 10 ਮਹੀਨੇ ਹੋ ਗਏ ਆਏ ਨੂੰ, ਫੋਨ ਤੇ ਬਸ ਸਾਡੀ ਗੱਲ ਹੁੰਦੀ ਏ। ਮੈਂ ਤੇ ਤੈਨੂੰ ਬਥੇਰਾ ਕਹਿੰਦੀ ਹੁੰਦੀ ਹਾਂ ਵੀ ਪਿੰਡ ਚੱਲੀਏ, ਤੂੰ ਹੀ ਨਹੀਂ ਆਉਂਦੀ ਹੁੰਦੀ। ਕਦੀ ਸਾਨੂੰ ਆਹ ਕੰਮ ਪੈ ਗਿਆ ਤੇ ਕਦੀ ਸਾਨੂੰ ਉਹ ਕੰਮ ਪੈ ਗਿਆ, ਤੇਰੇ ਤੇ ਕੰਮ ਹੀ ਨਹੀਂ ਮੁੱਕਦੇ। ਨਵਦੀਪ ਕੀ ਕਰਨ ਡਈ? ਕਰਨ ਤੇ ਕੁਝ ਨਹੀਂ, ਤੁਸੀਂ ਦੱਸੋ ਕੋਈ ਚਾਹੀਦਾ ਵਾ? ਨਹੀਂ ਚਾਹੀਦਾ ਤੇ ਨਹੀਂ ਕੁਝ, ਤੂੰ ਇਹ ਦੱਸ ਵੀ ਪਿੰਡ ਜਾਣਾ ਮੈਂ? ਪਿੰਡ ਜਾਣ ਨੂੰ ਦਿਲ ਤੇ ਕਰਨ ਡਿਆ ਵਾ। ਜੇ ਜਾਣਾ ਤੇ ਚੱਲ ਫਿਰ ਹੋ ਆਉਂਦੇ ਆ। ਭੈਣ ਹੁਣੀ ਕਹਿਣ ਡੇ ਵੀ ਅਸੀਂ ਇੱਥੇ ਹੀ 4 ਦਿਨ ਤੇ ਤੂੰ ਜਾਣਾ ਤੇ ਹੋਇਆ ਉਹਦੇ ਨਾਲ। ਨਹੀਂ ਪਿੰਦਰ, ਹੁਣ ਦੀਦੀ ਹੁਣੀ ਆਏ ਨੇ ਤੇ ਇੱਦਾਂ ਜਾਂਦੇ ਚੰਗੇ ਨਹੀਂ ਲੱਗੀਗਾ। ਇਹਨਾਂ ਦੀ ਤੇ ਕੋਈ ਗੱਲ ਨਹੀਂ, ਲੋਕਾਂ ਨੇ ਗੱਲਾਂ ਕਰਨੀਆਂ ਨੇ ਕਿ ਨਾਨਾ ਘਰ ਆਈਆਂ ਨੇ ਤੇ ਆਪ ਆਪਣੇ ਪੇਕੇ ਚਲ ਗਈ ਆ। ਗੱਲ ਤੇ ਤੇਰੀ ਸਹੀ ਹੈ ਤਾਂ, ਪਰ ਮੇਰਾ ਵੀ ਨਹੀਂ ਜੀ ਕਰਨ ਡਿਆ ਜਾਣ ਨੂੰ, ਹੁਣ ਆਈਆਂ ਦੇ ਕਿੰਨਾ ਚਾਅ ਵਾ ਸਾਨੂੰ। ਤੇ ਜੇ ਤੁਹਾਡਾ ਨਹੀਂ ਜੀ ਕਰਨ ਡਿਆ ਤੇ ਫਿਰ ਮੈਨੂੰ ਕਾਹਦੇ ਲਈ ਕਹਿੰਦੇ ਕਿ ਚੱਲ ਤੇਰੇ ਪਿੰਡੋਂ ਹੋ ਆਈਏ? ਨਾਲੇ ਉਹ ਤੁਹਾਨੂੰ ਹੀ ਤੇ ਮਿਲਣ ਆਈਆਂ ਨੇ, ਕਿੰਨੇ ਚਿਰ ਬਾਅਦ ਤੁਸੀਂ ਐਰਕੀ ਆਏ ਹੋ। ਤੇ ਜੇ ਤੁਸੀਂ ਮੇਰੇ ਨਾਲ ਚੱਲ ਗਏ
ਪਿੰਦਰ ਮੇਰੇ ਭਰਾ ਭਰਜਾਈ ਨੇ ਕਿਹੜਾ ਕਿਤੇ ਜਾਣਾ ਹੁੰਦਾ ਵਾ, ਉਹ ਤੇ ਘਰੇ ਹੀ ਰਹਿੰਦੇ ਨੇ ਤੇ ਮੇਰਾ ਜਿੱਦਣ ਜੀ ਕਰੇਗਾ ਨਾ ਮੈਂ ਉਹਨਾਂ ਨੂੰ ਫੋਨ ਕਰ ਦਾਂਗੀ ਤੇ ਆਪੇ ਆਣ ਕੇ ਮੈਨੂੰ ਮਿਲ ਜਾਣਗੇ ਉਹ। ਮੈਂ ਤੇ ਉਹਨਾਂ ਨੂੰ ਕਹਿਣ ਡਿਆ ਹਾਂ ਮੈਂ ਕਿ ਜੇ ਇਹਨੇ ਜਾਣਾ ਹੋਏਗਾ ਨਾ ਤੇ ਆਪੀ ਹੋ ਆਏਗੀ, ਆਖਣ ਡਈ ਹਾਂ ਵੀ ਕਿਤੇ ਗੁੱਸਾ ਨਾ ਕਰ ਜੇ। ਲੈ ਮੈਂ ਕਿਹੜੀ ਗੱਲ ਨੂੰ ਗੁੱਸਾ ਕਰਨਾ ਵਾ, ਜੇ ਮੈਂ ਗੁੱਸਾ ਕਰਨਾ ਹੁੰਦਾ ਨਾ ਤੇ ਉਦੋਂ ਹੀ ਉਹਨਾਂ ਨੂੰ ਕਹਿ ਦੇਣਾ ਸੀ ਜਦੋਂ ਉਹਨਾਂ ਦਾ ਫੋਨ ਆਇਆ ਸੀ ਵੀ ਤੁਸੀਂ ਹਲੇ ਨਾ ਆਓ ਮੈਂ ਆਪਣੇ ਪਿੰਡ ਜਾਣਾ ਵਾ। ਉਹ ਕਹਿਣ ਡਈ ਹਾਂ ਵੀ ਜੇ ਤੁਸੀਂ ਜਾਣਾ ਨਾ ਸਾਡੇ ਹੁੰਦਿਆਂ ਹੁੰਦਿਆਂ ਹੋ ਆਓ। ਚੱਲ ਕੋਈ ਗੱਲ ਨਹੀਂ ਮੈਂ ਫਿਰ ਕਿਸੇ ਦਿਨ ਹੋ ਆਵਾਂਗੀ ਜਾ ਕੇ। ਚੱਲ ਪਿੰਡ ਦਾ ਕੀ ਆ, ਪਿੰਡ 'ਤੇ ਮੈਂ ਫਿਰ ਕਿਤੇ ਚਲੇ ਜਾਵਾਂਗੀ, ਜੇ ਆਹ ਵਾਲਾ ਮੌਕਾ ਮੇਰੇ ਹੱਥੋਂ ਨਿਕਲ ਗਿਆ ਨਾ ਇਹ ਨਹੀਂ ਮੇਰੇ ਫਿਰ ਹੱਥ ਹੋਣਾ। ਆਲੋ ਗੁਮੀ ਚਾਹ। ਤੇ ਨਾਲ ਕੀ ਕਰਨ ਲਈ? ਕੁਝ ਵੀ ਚਾਹ ਲੈ ਕੇ ਆਉਣ ਲੱਗੀ ਸੀ ਤੇ ਮੈਨੂੰ ਪੁੱਛਣ ਡਈ ਵੀ ਮੰਮੀ ਕਿੱਥੇ ਆ, ਮੈਂ ਕਿਹਾ ਅੰਦਰ ਆ ਜਾ ਮੈਂ ਚਾਹ ਲੈ ਜਾਂਦੀ ਹਾਂ ਤੇ ਉਹ ਤੇ ਕਵਲ ਬਾਹਰ ਬਹਿ ਕੇ ਫਿਰ ਗੱਲਾਂ ਕਰਨ ਡੀਆਂ। ਠੀਕ ਹੈ। ਤੇ ਸੰਦੀਪ ਪਿੰਡ ਫੋਨ ਕੀਤਾ ਸੀ ਮੀਮੋ ਭੈਣ ਡੇ ਨੇ? ਹਾਂ ਮੰਮੀ ਮੈਂ ਕੀਤਾ ਸੀ, ਸਾਡੇ ਤੇ ਉਦਾਂ ਦਾ ਬਚਾਅ ਵਾ ਉੱਚਾ ਥਾਂ ਹੋਣ ਕਰਕੇ। ਚੱਲ ਚੰਗਾ ਪੁੱਤਰ, ਨੀਵੇਂ ਥਾਂ ਹੋਣ ਤੇ ਡਰ ਹੁੰਦਾ ਵਾ। ਤੇ ਹੋਰ ਮੰਮੀ ਪਤਾ ਨੀ ਰੱਬ ਨੇ ਕੀ ਕਰਨਾ ਵਾ, ਬਾਰਿਸ਼ ਤੇ ਆਣੀ ਜਾਣ ਡੀ ਆ। ਜਦੋਂ ਲੋੜ ਹੋਏ ਨਾ ਉਦੋਂ ਭਾਵੇਂ ਪਵੇ ਨਾ, ਤੇ ਹੁਣ ਹਟਦਾ ਨੀ, ਕਿੰਨੇ ਦਿਨ ਹੋ ਗਏ ਨੇ। ਚਲੋ ਫਿਰ ਜੋ ਕਰਨਾ ਉਹਨੇ ਕਰਨਾ ਹੈ, ਮਾਲਕ ਦੇ ਹੱਥ ਡੋਰ ਹੈ। ਚਲੋ ਉਹਨੂੰ ਫਿਕਰ ਹੀ ਹੈ ਸਾਰਿਆਂ ਦੀ। ਚੱਲ ਸੰਦੀਪ ਜੋ ਕਰਨਾ ਉਹਨੇ ਕਰਨਾ, ਚੱਲ ਤੂੰ ਚਾਹ ਫੜਦੀ। ਭਾਬੀ ਤੁਸੀਂ ਸਾਰਾ ਦਿਨ ਇਕੱਲੇ ਲੱਗੇ ਰਹਿੰਦੇ, ਕੋਈ ਸਾਨੂੰ ਵੀ ਕੰਮ ਦੱਸ ਦਿਆ ਕਰੋ, ਅਸੀਂ ਵੀ ਤੁਹਾਡੇ ਲਾਗੋ ਕੋਈ ਕਰਾ ਦਿਆ ਕਰਾਂ, ਸਾਰਾ ਦਿਨ ਵਿਹਲੇ ਰਹੀਦਾ ਵਾ। ਦੀਦੀ ਤੁਸੀਂ ਕੀ ਕੰਮ ਕਰਾਉਣਾ ਮੇਰੇ ਲਾਗੋ, ਨਾਲੇ ਕਿਤੇ ਕਿੰਨਾ ਕੁ ਹੁੰਦਾ ਵਾ, ਮੈਂ ਇਕੱਲੀ ਕਰ ਲੈਂਦੀ ਹਾਂ। ਤੁਸੀਂ ਪਿੱਛੋਂ ਕਿਹੜਾ ਵਿਹਲੇ ਬੈਠੇ ਆਇਓ, ਉੱਥੋਂ ਕੰਮ ਹੀ ਕਰਦੇ ਆਇਓ, ਜਦੋਂ ਪੇਕਿਆਂ ਘਰ ਆਈਏ ਨਾ ਜਾਣੇ ਇਹੋ ਹੀ ਹੁੰਦਾ ਵਾ ਕਿ ਚਾਰ ਦਿਨ ਜਾਵਾਂਗੇ ਤੇ ਉੱਥੇ ਵਿਹਲੇ ਰਵਾਂਗੇ। ਭਾਬੀ ਤੁਸੀਂ ਪਿੰਡ ਕਦੋਂ ਦੇ ਗਏ ਹੋ? ਵਾਹਵਾ ਟਾਈਮ ਹੋ ਗਿਆ ਮੈਨੂੰ ਉੱਥੇ ਗਏ ਨੂੰ, ਤੁਹਾਨੂੰ ਤਾਂ ਪਤਾ ਹੀ ਆ ਮੇਰੇ ਤੋਂ ਘਰੋਂ ਨਿਕਲਿਆ ਹੀ ਨਹੀਂ ਜਾਂਦਾ, ਉਹੀ ਇੱਕ ਦੋ ਵਾਰੀ ਆਣ ਕੇ ਤੇ ਮੈਨੂੰ ਮਿਲ ਗਏ ਨੇ। ਮੰਮੀ ਨੇ ਮੈਨੂੰ ਇਕੱਲਿਆਂ ਨੂੰ ਫਿਰ ਛੱਡ ਕੇ ਜਾਇਆ ਜਾਂਦਾ। ਹਾਂਜੀ ਇਹ ਤਾਂ ਫਿਰ ਤੁਹਾਨੂੰ ਪਤਾ ਹੀ ਆ, ਮੰਮੀ ਕਰਕੇ ਤੇ ਮੈਨੂੰ ਘਰੇ ਭੱਜਣਾ ਪੈਂਦਾ ਵਾ। ਤੇ ਚਲੋ ਕੋਈ ਨਹੀਂ ਮੈਂ ਫਿਰ ਕਿਤੇ ਹੋ ਆਵਾਂਗੀ। ਅਸੀਂ ਤਾਂ ਤੁਹਾਨੂੰ ਕਹਿਣ ਡਿਆ ਵੀ ਸਾਡੇ ਹੁੰਦੇ ਹੁੰਦੇ ਤੁਸੀਂ ਹੋ ਆਵੋ, ਤੁਸੀਂ ਜਾਣ ਕੇ ਨਹੀਂ ਜਾਣ ਡਏ ਹੈਗੇ। ਨਹੀਂ ਦੀਦੀ ਫਿਰ ਇੱਦਾਂ ਚੰਗੇ ਜੇ ਨਹੀਂ ਲੱਗੀਦਾ, ਹੁਣ ਤੁਸੀਂ ਆਇਓ ਕਿੰਨੇ ਚਾਅ ਨਾਲ ਆਪਣੇ ਭਰਾ ਨੂੰ ਮਿਲਣ ਵਾਸਤੇ, ਜੇ ਮੈਂ ਘਰੋਂ ਚਲ ਜਾਂ ਤਾਂ ਫਿਰ ਲੋਕਾਂ ਨੇ ਗੱਲਾਂ ਹੀ ਕਰਨੀਆਂ ਨੇ। ਜਿਹੜਾ ਕਰਦਾ ਤੇ ਕਰ ਲੈਂਦੇ ਫਿਰ ਕੀ ਹੋਇਆ ਵਾ, ਅਸੀਂ ਆਪ ਤੁਹਾਨੂੰ ਕਹਿਣ ਡਏ ਵੀ ਹੋ ਆਵੋ, ਅੱਗੇ ਪਿੱਛੇ ਤੁਹਾਡੇ ਕਿਹੜਾ ਜਾਇਆ ਜਾਣਾ ਵਾ। ਕੋਈ ਨਹੀਂ ਦੀਦੀ ਮੈਂ ਆਪਣੇ ਭਰਾ ਤੇ ਭਾਬੀ ਨੂੰ ਫੋਨ ਕਰ ਦਾਂਗੀ, ਉਹਨਾਂ ਨੇ ਆਪੇ ਆਣ ਕੇ ਮੈਨੂੰ ਮਿਲ ਜਾਣਾ ਵਾ। ਇਸੇ ਪਾਜੇ ਤੁਸੀਂ ਨਾਲੇ ਮਿਲ ਆਉਣਾ ਸੀ ਉਹਨਾਂ ਨੂੰ। ਗੱਲ ਤੇ ਤੁਹਾਡੀ ਸਹੀ ਆ, ਪਰ ਹੁਣ ਨਾ ਮੇਰਾ ਦਿਲ ਹੀ ਨਹੀਂ ਕਰਨ ਦਿਆ ਤੁਹਾਨੂੰ ਛੱਡ ਕੇ ਜਾਣ ਨੂੰ, ਮੈਂ ਜੇ ਸੱਚ ਦੱਸਾਂ ਤੇ। ਹਾਏ ਸਾਡੀ ਭਾਬੀ ਕਿੰਨੀ ਚੰਗੀ ਆ, ਸਾਡੇ ਬਾਰੇ ਕਿੰਨਾ ਸੋਚਦੀ ਆ। ਭਾਬੀ ਮੰਮੀ ਹੁਣਾਂ ਨੂੰ ਵੀ ਕਹਿ ਰਹੇ ਨਾ ਬਾਹਰ ਆ ਜਾਂਦੀਆਂ, ਕਿੰਨੀ ਸੋਹਣੀ ਠੰਡੀ ਹਵਾ ਆਉਂਦੀ, ਅੰਦਰ ਹੀ ਬੈਠੀਆਂ ਵਾ। ਕੋਈ ਨਹੀਂ ਦੀਦੀ ਮੈਂ ਉਹਨਾਂ ਨੂੰ ਕਹਿੰਦੇ ਆ ਜਾਂਦੇ ਨੇ, ਤੁਸੀਂ ਪੀ ਲਈ ਲਿਆ ਚਾਹ, ਮੈਨੂੰ ਕੱਪ ਦੇ ਦਿਓ, ਨਾਲੇ ਮੈਂ ਜਿਹੜੇ ਦੋ ਭਾਂਡੇ ਹੈਗੇ ਨਾ ਧੋ ਦਿੰਦੀ ਹਾਂ, ਉਹਨਾਂ ਨੇ ਵੀ ਪੀ ਲਈ ਹੋਣੀ ਆ। ਕੋਈ ਗੱਲ ਨਹੀਂ ਭਾਂਡੇ ਮੈਂ ਸਾਫ਼ ਕਰ ਦਿੰਦੀ ਹਾਂ। ਦੀਦੀ ਤੁਸੀਂ ਮੇਰੇ ਹੁੰਦਿਆਂ ਨਾ ਕੰਮ ਦੀ ਫਿਕਰ ਕਰਿਆ ਕਰੋ, ਤੁਸੀਂ ਚਾਰ ਦਿਨ ਇੱਥੇ ਰਹਿਣ ਆਇਓ ਜਾਂ ਕੰਮ ਕਰਨ ਆਇਓ? ਜੇ ਕੰਮ ਹੀ ਕਰਨਾ ਸੀ ਤਾਂ ਫਿਰ ਉੱਥੇ ਹੀ ਕਰ ਲੈਣਾ ਸੀ। ਮੈਂ ਨਾ ਹੁਣ ਉਹਨਾਂ ਨੂੰ ਬੁਲਾ ਕੇ ਲਿਆਉਂਦੀ ਹਾਂ। ਸੰਦੀਪ ਬਹਿ ਜਾ ਮੇਰਾ ਪੁੱਤ, ਮੈਂ ਨਾ ਇੱਕ ਗੱਲ ਕਰਨੀ ਸੀ ਤੇਰੇ ਨਾਲ। ਇਹ ਮਾਮਾ ਧੀਆਂ ਬੜੀ ਬੁਰੀ ਸੁਣਾਈ ਪਈਆਂ ਨੇ, ਸੁਣਾ ਭਲਾ ਕੀ ਗੱਲ ਕਰਨ ਦੀਆਂ? ਹਾਂਜੀ ਦੱਸੋ। ਸੰਦੀਪ ਇੱਦਾਂ ਵੀ ਚੱਲ ਹੁਣ ਤੁਸੀਂ ਵੀ ਆਈਆਂ ਹੋ ਤੇ ਪਿੰਦਰ ਵੀ ਆਇਆ ਵਾ, ਤੇ ਮੈਂ ਨਾ ਢਿੱਲੀ ਮੱਠੀ ਰਹੀ, ਤੁਹਾਨੂੰ ਪਤਾ ਹੀ ਹੈ ਸਰੀਰ ਦਾ ਝੱਟ ਹੀ ਇੱਦਾਂ ਹੋ ਜਾਂਦਾ ਵਾ, ਤੇ ਮੈਂ ਆਉਂਦੀ ਹਾਂ ਵੀ ਚੱਲ ਨਾ ਤੁਹਾਡੇ ਤਿੰਨਾਂ ਭੈਣ ਭਰਾਵਾਂ ਦੇ ਨਾਲ ਪੈਲੀ ਦਵਾ ਛੱਡਣੀ। ਕਰ ਲਓ ਕਿਉਂ ਨੂੰ ਭਾਂਡਾ, ਤਾਂ ਹੀ ਫਿਰ ਸਾਰੇ ਭੈਣ ਭਰਾ ਇੱਕੋ ਵਾਰੀ ਇਕੱਠੇ ਹੋਏ ਨੇ, ਇਹ ਆਪਣੇ ਆਪ ਨਹੀਂ ਆਏ, ਮੰਮੀ ਨੇ ਇਹਨਾਂ ਨੂੰ ਫੋਨ ਕਰਕੇ ਬੁਲਾਇਆ। ਬੁੱਢੜੀ ਜੀ ਤੇ ਹੈ ਬੜੀ ਮੀਸਮੀ, ਉਦਾਂ ਵੇਖਣ ਨੂੰ ਤਾਂ ਨਹੀਂ ਲੱਗਦੀ ਇੱਦਾਂ ਦੀ, ਕਹਿੰਦੀ ਹੈ ਕਿ ਕੁੜੀਆਂ ਦੇ ਨਾਂ ਪੈਲੀ ਲਵਾ ਦਿੰਦੀ ਹੈ, ਉਦਾਂ ਸਾਰਾ ਦਿਨ ਨਵਦੀਪ ਨਵਦੀਪ ਨਾਂ ਦੇ ਮਾਲਾ ਜਪਦੀ ਰਹਿੰਦੀ ਹੈ, ਅਤੇ ਹੁਣ ਪਹਿਲੀ ਵਾਰੀ ਇਹਨਾਂ ਨੂੰ ਉਹ ਦੇਖਦੀ ਹਾਂ, ਮੈਂ ਨਹੀਂ ਦੇਖਦੀ ਜਿਹੜੀ ਸਾਰਾ ਦਿਨ ਇਹਦੀ ਸੇਵਾ ਕਰਦੀ ਰਹਿੰਦੀ ਹੈ। ਨਵਦੀਪ ਪਜਾ ਦਿਮਾਗ ਦੇ ਘੋੜੇ, ਤੈਨੂੰ ਕੋਈ ਨਾ ਕੋਈ ਚਾਲ ਚੱਲਣੀ ਪੈਣੀ ਆ, ਪਾ ਕੋਈ ਚੋਗਾ ਇਹਨਾਂ ਨੂੰ ਜਿਹੜੇ ਸਾਰੇ ਤੇਰੀਆਂ ਗੱਲਾਂ 'ਚ ਹੀ ਆ ਜਾਣ। ਸੋਚ ਕੁਝ ਸੋਚ। ਮੰਮੀ ਸਾਡੇ ਦੋਵਾਂ ਭੈਣਾਂ ਦੇ ਨਾਲ ਤੁਸੀਂ ਕਿਹੜੀ ਗੱਲੋਂ ਪੈਲੀ ਲਾਉਣੀ ਆ? ਤੁਸੀਂ ਨਾ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ, ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਨਾ ਮੈਨੂੰ ਮਾਸਾ ਨਹੀਂ ਚੰਗਾ ਲੱਗਦਾ ਹੈਗਾ, ਅਤੇ ਨਾਲੇ ਜਿਹਦੀ ਪੈਲੀ ਹੈਗੀ ਹੈ ਨਾ ਉਹਦੀ ਰਹੇਗੀ। ਸਾਨੂੰ ਨਹੀਂ ਕੁਝ ਵੀ ਚਾਹੀਦਾ, ਸਾਨੂੰ ਤਾਂ ਬਸ ਤੁਸੀਂ ਚਾਹੀਦੇ ਹੋ। ਸੰਦੀਪ ਮੈਂ ਤਾਂ ਤੈਨੂੰ ਪੁੱਛਣ ਡਈ ਹਾਂ ਵੀ ਕੱਲ੍ਹ ਨੂੰ ਤੁਸੀਂ ਆਖੋ ਨਾ ਵਾ ਸਾਨੂੰ ਸਾਡੀ ਮਾਂ ਨੇ ਪੁੱਛਿਆ ਨਹੀਂ, ਆਪਣੀਆਂ ਮਰਜ਼ੀਆਂ ਨੇ ਕੀਤੀਆਂ ਨੇ। ਮੰਮੀ ਆਪਾਂ ਤੁਹਾਨੂੰ ਕਾਹ ਤੋਂ ਇਹ ਗੱਲ ਕਹਿਣੀ ਆ, ਬਸ ਪਿੰਦਰ ਕੋਈ ਪਰਾਇਆ ਵਾ, ਸਾਡਾ ਭਰਾ ਵਾ, ਪਰ ਮੈਂ ਤੁਹਾਨੂੰ ਇੱਕ ਗੱਲ ਕਹਾਂ,
मेरी गल का ना गुस्सा ना करो तो ना ही यह सोचो कि मेरी धी में कोई लालच है तो मैं गलत सलाह दे दी आ। बाकी पैली भावें तुम ना सारी पिंदर के नाल ला लो पर थोड़ी बहुत ही ना अपने नाम भी रखियो। मैं पैली रख के की करनी है, अज भी उन्होंने कल भी उन्होंने खानी तो दो बुरकियां रोटी है ते मैं एवं आखा पिंदर दे कदे बाहरों आण के मैनू पुछेगा ते नव ते एवं जे मैनू हथां ते चुकी रख दी। ओ ते मम्मी हानू पता ही आ अहीं वी इत्थे आउंनी आ बंदे दा ते घड़ी चों नहीं पता लग जांदा वा ते साडा ना नव वल वेख के इन्ना मन खुश हुंदा ना जदों तुहाडे अगे पिछे फिरदी आ। ते होर मैनू ते किसे कम्म नूं हथ नहीं लाउण दिंदी, मंजी ते बैठी नूं मैनू रोटी मिलदी है, आएगे नूं चाह पाणी पुछदी है, होर धीए इहदों बाद सुख की हुंदा वा। सही गल है मम्मी ताड़ी, ते आ जिहड़ी तुसीं पैली दी गल करन दे ना साडे वल्लों ना बेफिक्री हो जाओ, जो तुसीं करना वा ना वधिया ही करना वा। चल वेहनी आ पिंदर नाल गल करके, जे मन्नेगा ना ते हुणे मैं एक दो दिनां च ना काम नबेड़ देणा। चलो ठीक है तुसीं कर लो मम्मी गल उहदे नाल जाके, ते मैं आ भांडे रख लां। मम्मी कुछ करन लगे जी? नहीं करना, मैं की है मैं पिंदर वल चली हां, वी ओह भला कित्थे है? ओह ना मम्मी बाहर चाचा जी आवाजां मारन दे उहनां नूं, ते उहनां दे लागे खलोते ने। क्यों कोई काम है? जे काम है तो मैं बुला के लिया ना। नहीं कोई गल नहीं, आंदा तो मैं फिर गल कर लेनी। ठीक है तो मम्मी मैं एक और गल करनी ही तेरे नाल। हाँ दसो पोता। मम्मी दीदी हुणी आईयां ने ते पिंदर भी इत्थे ने, ते मेरा इरादा इन्हां नूं कपड़े ना बना दिए, किन्ना टाइम हो गया आपां बना के नहीं दित्ते इन्हां नूं। वेख लो पुत, तुहाडी पहुंच है, जे बन सकदे ते बना लो। मम्मी पहुंच ते किहड़ी गल आ, सानूं किहड़ा किसी गल दा कोई घाटा वा, वाहिगुरू दा दित्ता सब कुछ ही आ साडे कोल, ते जे असीं ने इन्हां नूं बना के देने ते होर फिर किन्ना ने बना के देने आ। नाले धीआं नूं पेक्यां तों ते हिरसा हुंदियां ने, हुण मैं जदों अपने पेके जांदी आ किते ते उह मैनूं किन्ना कुछ दिंदे ने, जां जदों इत्थे आउंदे ने उदों वी मेरे लई किन्ना कुछ लै के आउंदे ने। साडे कोलों ते छेती छेती जाया नहीं जांदा इन्हां दे कोल, ते हुण इह भज नाल आईआं ने ते आपां इन्हां नूं कपड़े बना ही दिंदे आ। चल पुत बना दोगे ते वधिया गल है, चाह के विखा लैणगे ते तुहाडी शोभा होणी। चलो मम्मी ठीक है, फिर पिंदर आउंदे आ ते उन्हां नूं आखी कि आपां अज ही जाके लै आईए कपड़े, मुड़के दीदी हुणां दा कोई पता नहीं आ इन्हां ने किहड़े वेले जाण दी तैयारी कर लैणी आ। ते उदां मम्मी इक गल आ, तुसीं पिंदर नाल की गल करनी सी? चल पुत आउंदा ते फिर इकट्ठे बह के मैं तुहानूं दस्सदी आं, जे अगे मैं संदीप नाल वी इह गल कीती। चलो मम्मी ठीक है, फिर इन्हां दा इदां भैण भराउं दा प्यार बणिया रहे ते किसे दी नज़र ना लगे। पढ़ते तो मेरे तो ऐप आते हैं कि जिदा मैं कुछ पता ही नहीं होंगे, मैं तो तुम्हारी रग रग तो वाकिफ हाँ। कोई नहीं रुक जाओ थोड़ा टाइम, पता तो तुम उदों लगेगा जो तुम्हारी रगों च कूट दिता।